ਹੈਲੋ ਦੋਸਤੋ, ਅੱਜ ਮੈਂ ਤੁਹਾਡੇ ਵਾਸਤੇ ਬਹੁਤ ਹੈਲਦੀ ਰੈਸਿਪੀ ਲੈ ਕੇ ਆਈ ਹਾਂ। ਮਖਾਨਾ ਤੁਹਾਨੂੰ ਪਤਾ ਹੀ ਹੋਏਗਾ, ਇਹ ਖਾਣ ਨਾਲ ਸਾਡੇ ਸਰੀਰ ਵਿੱਚ ਖੂਨ ਦੀ ਕਮੀ ਦੂਰ ਹੁੰਦੀ ਹੈ, ਕੈਲਸ਼ੀਅਮ ਦੀ ਕਮੀ ਦੂਰ ਹੁੰਦੀ ਹੈ, ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਮਿਲਦੀ ਹੈ ਸਾਨੂੰ। ਅਤੇ ਅਸੀਂ ਆਪਣੇ ਬੱਚਿਆਂ ਨੂੰ ਨਮਕੀਨ ਬਿਸਕਿਟ ਦੀ ਜਗ੍ਹਾ ਚਾਹ ਪਾਣੀ ਦੁੱਧ ਨਾਲ ਅਸੀਂ ਇਹਨੂੰ ਬਣਾ ਕੇ ਬੱਚਿਆਂ ਨੂੰ ਖਵਾਈਏ, ਬੱਚੇ ਖੁਸ਼ ਹੋ ਕੇ ਖਾਂਦੇ ਨੇ। ਸਭ ਤੋਂ ਪਹਿਲਾਂ ਅਸੀਂ ਪਾਵਾਂਗੇ ਇੱਕ ਚਮਚ ਦੇਸੀ ਘਿਓ, ਥੋੜ੍ਹੀ ਜਿਹੀ ਹਲਦੀ, ਥੋੜ੍ਹੀ ਜਿਹੀ ਲਾਲ ਮਿਰਚ, ਥੋੜ੍ਹਾ ਜਿਹਾ ਨੂਣ। ਇਹ ਤਿੰਨੋਂ ਚੀਜ਼ਾਂ ਮਿਕਸ ਕਰਕੇ ਅਸੀਂ ਇਹਦੇ ਵਿੱਚ ਮਖਾਨਾ ਪਾ ਦਾਂਗੇ ਅਤੇ ਇਹਨੂੰ ਕਰੰਚੀ ਹੋਣ ਤੱਕ ਭੁੰਨਾਂਗੇ। ਇਹ ਸਾਰਿਆਂ ਦਾ ਕਲਰ ਚੇਂਜ ਹੋ ਜਾਂਦਾ ਵਾ, ਬਹੁਤ ਸੋਹਣੇ ਲੱਗਦੇ ਆ, ਖਾਣ ਵਿੱਚ ਵੀ ਟੇਸਟੀ ਹੁੰਦੇ ਆ। ਅਤੇ ਜਦੋਂ ਤੱਕ ਕਰੰਚੀ ਨਹੀਂ ਹੋ ਜਾਂਦੇ ਉਦੋਂ ਤੱਕ ਅਸੀਂ ਇਹਨੂੰ ਭੁੰਨਣਾ ਵਾ, ਤੋੜ ਕੇ ਦੇਖਾਂਗੇ, ਕਰੰਚੀ ਹੋ ਜਾਣਗੇ ਅਤੇ ਗੈਸ ਬੰਦ ਕਰ ਦੇਵਾਂਗੇ। ਅਤੇ ਤੁਸੀਂ ਆਪਣੇ ਬੱਚਿਆਂ ਨੂੰ ਦੋ ਖਾਣ ਵਾਸਤੇ, ਵੱਡੇ ਵੀ ਖਾਓ, ਨਮਕੀਨ ਬਿਸਕਿਟ ਦੀ ਜਗ੍ਹਾ ਇਹਨੂੰ ਹੀ ਮੈਂ ਪ੍ਰੈਫਰ ਕਰਾਂਗੀ। ਤੁਸੀਂ ਆਪਣੇ ਬੱਚਿਆਂ ਨੂੰ ਦੋ, ਬਹੁਤ ਖੁਸ਼ ਹੋ ਕੇ ਖਾਂਦੇ ਆ ਬੱਚੇ, ਬਹੁਤ ਟੇਸਟੀ ਲੱਗਦਾ ਖਾਣ ਵਿੱਚ, ਔਰ ਬੱਚਿਆਂ ਦੀ ਹੱਡੀਆਂ ਵੀ ਮਜ਼ਬੂਤ ਹੁੰਦੀਆਂ ਨੇ, ਕੈਲਸ਼ੀਅਮ ਦੀ ਕਮੀ ਵੀ ਦੂਰ ਹੁੰਦੀ ਹੈ। ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗਦੀ ਹੈ ਤਾਂ ਪਲੀਜ਼ ਉਹਨੂੰ ਤੁਸੀਂ ਲਾਈਕ, ਸ਼ੇਅਰ ਐਂਡ ਸਬਸਕ੍ਰਾਈਬ ਜ਼ਰੂਰ ਕਰਨਾ।